गावो सच्ची वाणी, गावो सच्ची वाणी। श्री गुरु ग्रंथ साहिब जी एक अजिहे मुकद्दस ग्रंथ, एक अजिहे अध्यात्मक गुरु जो हरेक तरह के बंधना सरहदा ते दीवारां नूं तोड़ के एक समानता की गल करते हैं। अजिही समानता जो समुची मानवता नूं रूहानी खेड़ा देन दे समर्थ है। गुरबाणी विच भी गल की है ऊंच नीच तो उपर उठन की, जातां पातां नूं दूर करन की, औरत मर्द की बराबरी की। गुरबाणी के इन्हां ही संदेशों से सिद्धांतों के आधारित है श्रोमणी गुरुद्वारा प्रबंधक कमेटी का खास उपराला गावो सची बाणी भाग दो। मैं हाँ आप जी के चरणों का दास वरियाम सिंह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਗੁਰਬਾਣੀ ਸਮੁੱਚੀ ਮਾਨਵਤਾ ਦੇ ਕਲਿਆਣ ਦਾ ਸੰਦੇਸ਼ ਦਿੰਦੀ ਹੈ, ਉੱਥੇ ਗਾਵੋ ਸੱਚੀ ਬਾਣੀ ਭਾਗ ਦੋ ਦਾ ਇਹ ਮੰਚ ਵੀ ਸਮਾਨਤਾ ਦਾ ਹੀ ਮੁਦਈ ਹੈ। ਅਤੇ ਇਸੇ ਸਮਾਨਤਾ ਤਹਿਤ ਸਾਡੇ ਅੱਜ ਦੇ ਇਸ ਪੜਾਅ ਦੇ ਵਿੱਚ ਲੜਕਾ ਅਤੇ ਲੜਕੀ ਕੀਰਤਨੀ ਜਥੇ ਦੇ ਰੂਪ ਦੇ ਵਿੱਚ ਆਪ ਜੀ ਨੂੰ ਜੁਗਲਬੰਦੀ ਰਾਹੀਂ ਨਿਹਾਲ ਕਰਨਗੇ। ਸਾਧ ਸੰਗਤ ਜੀ, ਸਾਡਾ ਇਹ ਪੜਾਅ ਗੁਰਬਾਣੀ ਰਾਗਾਂ ਦੀ ਜੁਗਲਬੰਦੀ 'ਤੇ ਆਧਾਰਿਤ ਹੈ। ਅਤੇ ਆਓ ਫਿਰ ਬਿਨਾਂ ਦੇਰੀ ਕੀਤੇ ਆਪ ਜੀ ਨੂੰ ਦਰਸ਼ਨ ਕਰਾਉਂਦੇ ਹਾਂ ਅੱਜ ਦੇ ਕੀਰਤਨੀ ਜਥਿਆਂ ਦੇ। ਸਾਡਾ ਪਹਿਲਾ ਜਥਾ ਹੈ ਭਾਈ ਹਰਪਾਲ ਸਿੰਘ ਜੀ, ਭਾਈ ਸੁਰਜੋਤ ਪ੍ਰਕਾਸ਼ ਸਿੰਘ ਜੀ। ਅਤੇ ਸਾਡਾ ਦੂਸਰਾ ਜਥਾ ਹੈ ਭਾਈ ਗੁਰਜਨ ਸਿੰਘ ਜੀ ਅਤੇ ਬੀਬੀ ਕਵਿਤਾ ਜੀ। ਸਾਡਾ ਤੀਸਰਾ ਜਥਾ ਹੈ ਬੀਬਾ ਰਮਨੀਤ ਕੌਰ ਜੀ ਅਤੇ ਭਾਈ ਆਸਵਿੰਦਰ ਸਿੰਘ ਜੀ। ਸਾਡਾ ਚੌਥਾ ਜਥਾ ਹੈ ਭਾਈ ਅਰਵਿੰਦਰ ਸਿੰਘ ਜੀ ਅਤੇ ਬੀਬਾ ਸਿਮਰਜੀਤ ਕੌਰ ਜੀ। ਅਤੇ ਸਾਡਾ ਆਖਰੀ ਜਥਾ ਹੈ ਭਾਈ ਪ੍ਰਦੀਪ ਸਿੰਘ ਜੀ ਅਤੇ ਭਾਈ ਮਨਪ੍ਰੀਤ ਸਿੰਘ ਜੀ। ਅਤੇ ਆਓ ਫਿਰ ਆਪ ਜੀ ਦੇ ਰੂਬਰੂ ਕਰਾਉਂਦੇ ਹਾਂ ਉਹਨਾਂ ਸ਼ਖਸੀਅਤਾਂ ਨੂੰ ਜਿਨ੍ਹਾਂ ਤੋਂ ਬਿਨਾਂ ਸਾਡਾ ਇਹ ਸ਼ੋਅ ਅਧੂਰਾ ਹੈ, ਯਾਨੀ ਕਿ ਸਾਡੇ ਸਤਿਕਾਰਯੋਗ ਸਾਜਨ ਦੇ। ਅਤੇ ਇਹਨਾਂ ਜਥਿਆਂ ਦੀ ਪਰਖ ਕਰਨ ਦੇ ਲਈ ਸਾਨੂੰ ਉਚੇਚੇ ਤੌਰ 'ਤੇ ਨਿਵਾਜ਼ ਰਹੇ ਨੇ ਸਾਡੇ ਸਤਿਕਾਰਯੋਗ ਜੱਜ ਸਾਹਿਬਾਨ। ਸਾਡੇ ਪਹਿਲੇ ਜੱਜ ਨੇ ਭਾਈ ਰਵਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ। ਸਾਡੇ ਦੂਸਰੇ ਜੱਜ ਨੇ ਭਾਈ ਨਰਿੰਦਰ ਸਿੰਘ ਜੀ, ਬਨਾਰਸੀ, ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ। ਸਾਡੇ ਤੀਸਰੇ ਜੱਜ ਨੇ ਗੁਰਮਤਿ ਸੰਗੀਤ ਦੇ ਗਿਆਤਾ ਪ੍ਰਿੰਸੀਪਲ ਸੁਖਵੰਤ ਸਿੰਘ ਜੀ। ਸਾਡੇ ਚੌਥੇ ਜੱਜ ਨੇ ਭਾਈ ਗੁਰਮੀਤ ਸਿੰਘ ਜੀ ਸ਼ਾਂਤ, ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ। ਅਤੇ ਆਓ ਸ਼ੁਰੂ ਕਰਦੇ ਹਾਂ ਜੁਗਲਬੰਦੀ ਦਾ ਇਹ ਪੜਾਅ ਅਤੇ ਸੱਦਾ ਦਿੰਦੇ ਹਾਂ ਪਹਿਲੇ ਕੀਰਤਨੀ ਜਥੇ ਨੂੰ ਜੋ ਆਪ ਜੀ ਨੂੰ ਰਾਗ ਕਲਿਆਣ ਦੇ ਵਿੱਚ ਜੁਗਲਬੰਦੀ ਸਰਵਣ ਕਰਾਉਣਗੇ। ਮੇਰਾ ਨਾਮ ਹਰਪਾਲ ਸਿੰਘ। ਅਤੇ ਮੇਰਾ ਨਾਮ ਸੁਰਜੋਤ ਪ੍ਰਕਾਸ਼ ਸਿੰਘ। ਅੱਜ ਅਸੀਂ ਜਥੇ ਦੇ ਰੂਪ ਵਿੱਚ ਰਾਗ ਕਲਿਆਣ ਅੰਦਰ ਜੁਗਲਬੰਦੀ ਪੇਸ਼ ਕਰਾਂਗੇ। ਜਿਸ ਦੇ ਬੋਲ ਹਨ ਤੇਰੇ ਮਾਨ ਹਰ ਹਰ ਮਾਨ। ਜੁਗਲਬੰਦੀ ਸੁਣਨ ਵਿੱਚ ਬਹੁਤ ਹੀ ਵਧੀਆ ਲੱਗਦੀ ਹੈ, ਪਰ ਇਸ ਨੂੰ ਨਿਭਾਉਣ ਲਈ ਬਿਹਤਰੀਨ ਤਾਲਮੇਲ ਦੀ ਬਹੁਤ ਲੋੜ ਹੁੰਦੀ ਹੈ। ਅਤੇ ਦੋ ਗਾਇਕਾਂ ਦੇ ਵਿੱਚ ਗੁਰਮਤਿ ਸੰਗੀਤ ਦੀ ਬਰੀਕੀਆਂ ਨੂੰ ਧਿਆਨ ਰੱਖਦੇ ਹਾਂ, ਜੁਗਲਬੰਦੀ ਪੇਸ਼ ਕਰਨਾ ਕਈ ਵਾਰੀ ਮੁਸ਼ਕਿਲ ਵੀ ਹੋ ਜਾਂਦਾ ਹੈ। ਅੱਜ ਸਾਡੀ ਜੁਗਲਬੰਦੀ ਦੀ ਪੂਰੀ ਤਿਆਰੀ ਆ ਅਤੇ ਅਸੀਂ ਆਪਣੀ ਬਿਹਤਰੀਨ ਪੇਸ਼ਕਾਰੀ ਦੀ ਉਮੀਦ ਰੱਖਦੇ ਹਾਂ। ਰਾਗ ਕਲਿਆਣ ਤੇਰੇ ਮਾਨ ਹਰ ਹਰ ਮਾਨ। ਤੇਰੇ ਮਾਨ ਹਰ ਹਰ ਮਾਨ, 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 ਤੇਰੇ ਮਾਨ ਹਰ ਹਰ ਮਾਨ। ਨੈਣ ਬੈਨ ਸ਼ਰਵਨ ਸੁਨੀ ਅੰਗੇ ਅੰਗੇ ਸੁਖ ਪ੍ਰਾਨ, ਤੇਰੇ ਮਾਨ ਹਰ ਹਰ ਮਾਨ, ਤੇਰੇ ਮਾਨ ਹਰ ਹਰ ਮਾਨ। ਨੈਣ ਬੈਨ ਸ਼ਰਵਨ ਸੁਨੀ ਅੰਗੇ ਅੰਗੇ ਸੁਖ ਪ੍ਰਾਨ, ਤੇਰੇ ਮਾਨ ਹਰ ਹਰ ਮਾਨ, ਤੇਰੇ ਮਾਨ।
ਬਾਤ ਹੈ ਭਾਈ ਹਰਪਾਲ ਸਿੰਘ ਜੀ, ਭਾਈ ਸੁਰਜੋਤ ਪ੍ਰਕਾਸ਼ ਸਿੰਘ ਜੀ, ਤੁਹਾਡਾ ਆਪਸੀ ਤਾਲਮੇਲ ਬਹੁਤ ਕਮਾਲ ਦਾ ਸੀ। ਅਤੇ ਆਓ ਜੱਜ ਸਾਹਿਬਾਨ ਤੋਂ ਪੁੱਛਦੇ ਹਾਂ ਉਹਨਾਂ ਨੂੰ ਆਪ ਜੀ ਦੀ ਇਹ ਪੇਸ਼ਕਾਰੀ ਕਿਵੇਂ ਦੀ ਲੱਗੀ। ਭਾਈ ਨਰਿੰਦਰ ਸਿੰਘ ਬਨਾਰਸੀ ਜੀ, ਆਪ ਜੀ ਕੀ ਕਹਿਣਾ ਚਾਹੋਗੇ? ਉਹਨਾਂ ਦੀ ਬਹੁਤ ਆਵਾਜ਼ ਮਿੱਠੀ ਸੀ ਔਰ ਬਹੁਤ ਹੀ ਪਿਆਰ ਨਾਲ ਉਹਨਾਂ ਨੇ ਜੁੜ ਕੇ ਬਹੁਤ ਵਧੀਆ ਬੰਸੀ ਗਾਈ ਹੈ। ਕੁਝ ਕੁਝ ਨਿੱਕੀ ਛੋਟੀਆਂ ਛੋਟੀਆਂ ਵਿੱਚ ਨੁਕਤੇ ਹਨ ਜੀ, ਜਿਹੜੇ ਕਿ ਧਿਆਨ ਗੋਚਰੇ ਹਨ ਇਸ ਵਾਸਤੇ, ਪਰ ਫਿਰ ਵੀ ਤੁਹਾਡੀ ਪਰਫੋਰਮੈਂਸ ਬਹੁਤ ਅੱਛੀ ਲੱਗੀ। ਪ੍ਰਿੰਸੀਪਲ ਸੁਖਵੰਤ ਸਿੰਘ ਜੀ, ਬਹੁਤ ਆਨੰਦ ਆਇਆ, ਵਾਹ। ਸੂਲਤਾਲ 10 ਮਾਤਰਾ ਦੀ ਬੰਦਿਸ਼, 7ਵੀਂ ਮਾਤਰਾ ਤੋਂ ਇਹਦਾ ਉਠਾਨ ਹੋ ਰਿਹਾ ਸੀ। ਕਠਿਨ ਹੁੰਦਾ, ਔਖਾ ਹੁੰਦਾ,
ਤੇ ਸਭ ਤੋਂ ਅੱਛੀ ਗੱਲ ਮੈਨੂੰ ਇਹਨਾਂ ਦੀ ਲਾਸਟ ਲੱਗੀ ਤੇ ਪਤਾ ਨਹੀਂ ਕਿੰਨੇ ਸਾਲਾਂ ਤੋਂ ਇਕੱਠੇ ਕੀਰਤਨ ਕਰ ਰਹੇ ਨੇ। ਕੀ ਬਾਤ! ਇਸ ਤਰ੍ਹਾਂ ਨੇ ਤਾਲਮੇਲ ਇਸ ਤਰ੍ਹਾਂ ਦਾ ਜੀ, ਹੋਰ ਮਿਹਨਤ ਕਰੋ ਬਹੁਤ। ਵੈਸੇ ਬਹੁਤ ਅਲੌਕਿਕ ਮਾਹੌਲ ਬਣਾਇਆ ਸਾਜਾਂ ਵਾਲਿਆਂ ਦਾ ਸਾਰਾ, ਬੜਾ ਮਜ਼ਾ ਆ ਰਿਹਾ ਸੀ ਸੁਣ ਕੇ। ਨਿਵੇਕਲੀ ਗੱਲ, ਗੋਡ ਬਲੈਸ। ਜੱਜ ਸਾਹਿਬਾਨ ਨੇ ਆਪ ਜੀ ਨੂੰ ਢੇਰ ਸਾਰੀਆਂ ਅਸੀਸਾਂ ਦਿੱਤੀਆਂ ਨੇ, ਹੁਣ ਮੈਂ ਬੇਨਤੀ ਕਰਾਂਗਾ ਕਿਰਪਾ ਕਰਕੇ ਆਪਣੀ ਜਗ੍ਹਾ 'ਤੇ ਬਿਰਾਜਮਾਨ ਹੋਵੋ। ਆਪ ਜੀ ਨੇ ਆਨੰਦ ਮਾਣਿਆ ਅੱਜ ਦੀ ਪਹਿਲੀ ਸੁਰੀਲੀ ਪੇਸ਼ਕਾਰੀ ਦਾ, ਅਤੇ ਉਹ ਫਿਰ ਸੱਦਾ ਦਿੰਦੇ ਹਾਂ ਅਗਲੇ ਕੀਰਤਨੀ ਜਥੇ ਨੂੰ ਜੋ ਆਪ ਜੀ ਨੂੰ ਗੁਜਰੀ ਰਾਗ ਦੇ ਅੰਦਰ ਜੁਗਲਬੰਦੀ ਸਰਵਣ ਕਰਾਉਣਗੇ। ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਮਾਧੋ ਜੀ, ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਮਿਲੇ ਸੋ ਤਰਿਆ, ਸਤ ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ ਹਰਿਆ, ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਮਾਧੋ ਜੀ, ਮੇਰੇ ਮਾਧੋ ਜੀ, ਮੇਰੇ ਮਾਧੋ ਜੀ। ਕਾਹੇ ਰੇ ਮਨ ਜਿਤ ਵੈ ਪੱਥਰ ਮੈਂ ਜਲਦੇ ਉਬਾਇ, ਜਲਦੇ ਉਬਾਇ, ਜਲਦੇ ਉਬਾਇ, ਸੈਲ ਪੱਥਰ ਮੈਂ ਜਲਦੇ ਉਬਾਇ, ਸੈਲ ਪੱਥਰ ਮੈਂ ਜਲਦੇ ਉਬਾਇ, ਸੈਲ ਪੱਥਰ ਮੈਂ ਕਾਰਜ ਕਿਆ ਗਏ ਕਰ ਤਰਿਆ, ਕਾਰਜ ਕਿਆ ਗਏ ਕਰ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ, ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਮਾਧੋ ਜੀ। ਮੇਰੇ ਮਾਧੋ ਜੀ,
माधो जी मेरे माधो जी मेरे माधो जी मेरे माधो मेरे माधो मेरे माधो जी माधो जी माधो जी मेरे माधो जी मेरे माधो जी माधो जी माधो जी मेरे माधो जी मेरे माधो जी मेरे माधो 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 जी मेरे माधो जी ਬਹੁਤ ਸੁੰਦਰ ਗਾਇਨ ਕੀਤਾ ਤੁਸੀਂ ਤਾਂ ਉਹ ਜੱਜ ਸਾਹਿਬਾਨ ਤੋਂ ਪੁੱਛਦੇ ਹਾਂ ਆਪ ਜੀ ਦੀ ਪ੍ਰਸਤੁਤੀ ਉਹਨਾਂ ਨੂੰ ਕਿਵੇਂ ਦੀ ਲੱਗੀ ਭਾਈ ਰਵਿੰਦਰ ਸਿੰਘ ਜੀ ਆਪ ਜੀ ਦੇ ਕੀ ਵਿਚਾਰ ਨੇ ਬਿਨਾਂ ਸ਼ੱਕ ਤੁਸੀਂ ਬੜੀ ਕੋਸ਼ਿਸ਼ ਕੀਤੀ ਹੈ ਬਹੁਤ ਚੰਗਾ ਅੱਜ ਦੀ ਆਪਣੀ ਇਸ ਪਰਫਾਰਮੈਂਸ ਨੂੰ ਨਿਭਾਉਣ ਦੀ ਪਰ ਕਿਤੇ ਕਿਤੇ ਦੋਨਾਂ ਦੇ ਸੁਰ ਕਿਤੇ ਕਿਤੇ ਘੱਟ ਰਹੇ ਸੀ ਫਰਕ ਪੈ ਰਿਹਾ ਸੀ ਸੁਰ ਵਿੱਚ ਜਿੱਥੇ ਤੁਸੀਂ ਮਿਹਨਤ ਕਰਨੀ ਨਾਲ ਇਸ ਸੁਰ ਦਾ ਬੁਰਾ ਧਿਆਨ ਰੱਖਣਾ ਥੋੜ੍ਹਾ ਘੱਟ ਗਾ ਲਓ ਪਰ ਕੋਸ਼ਿਸ਼ ਕਰਨਾ ਕਿ ਆਪਣਾ ਸੁਰ ਵਿੱਚ ਹੀ ਕੰਮ ਕਰੀਏ ਜੋ ਕਰਨਾ ਆਪ ਜੀ ਨੇ ਰਾਗ ਗੁਜਰੀ ਚੁਣਿਆ ਹੈ ਪਰ ਇਹਦੇ ਵਾਸਤੇ ਬੜੀ ਮਿਹਨਤ ਅਤੇ ਰਿਆਜ਼ ਦੀ ਲੋੜ ਹੈ ਕਿਉਂ ਲੋੜ ਹੈ ਕਿਉਂਕਿ ਇਹਦੇ ਵਿੱਚ ਦੇਖੋ ਰੇ ਵੀ ਕੋਮਲ ਗਾ ਵੀ ਕੋਮਲ ਮੱਧਮ ਤੀਬਰ ਹੈ ਧਾ ਵੀ ਕੋਮਲ ਹੈ ਜਦੋਂ ਇੰਨੇ ਸੁਰ ਇਹਦੇ ਵਿੱਚ ਕੋਮਲ ਲੱਗ ਰਹੇ ਹਨ ਅਤੇ ਮੱਧਮ ਤੀਬਰ ਲੱਗ ਰਿਹਾ ਅਤੇ ਇਹਨੂੰ ਇਸ ਨੂੰ ਗਾਉਣ ਵਾਸਤੇ ਰਿਆਜ਼ ਦੀ ਲੋੜ ਹੈ ਹੋਰ ਬਾਖੂਬੀ ਚੰਗੀ ਤਰ੍ਹਾਂ ਤੁਸੀਂ ਮਿਹਨਤ ਕਰਕੇ ਨਿਭਾਓ ਜੀ ਤਾਂ ਰਿਆਜ਼ ਕਰੋ ਮਿਹਨਤ ਕਰੋ ਸੱਚੇ ਪਾਤਸ਼ਾਹ ਤੁਹਾਨੂੰ ਹੋਰ ਗੁਰਮਤ ਸੰਗੀਤ ਦੀਆਂ ਦਾਤਾਂ ਬਖਸ਼ੇ ਕਰਨ ਆਪ ਜੀ ਦੇ ਗੁਰਬਾਣੀ ਸੰਗੀਤ ਦੇ ਖੇਤਰ ਦੇ ਵਿੱਚ ਗੁਰਮਤਿ ਸੰਗੀਤ ਦੇ ਖੇਤਰ ਦੇ ਵਿੱਚ ਕੰਮ ਆਉਣ ਵਾਲੀਆਂ ਬਹੁਤ ਹੀ ਬੇਸ਼ਕੀਮਤੀ ਗੱਲਾਂ ਜੱਜ ਸਾਹਿਬਾਨ ਨੇ ਆਪ ਜੀ ਨੂੰ ਸੁਝਾਈਆਂ ਨੇ ਮੈਂ ਬੇਨਤੀ ਕਰਾਂਗਾ ਕਿਰਪਾ ਕਰਕੇ ਆਪਣੀ ਜਗ੍ਹਾ 'ਤੇ ਬਿਰਾਜਮਾਨ ਹੋਵੋ ਜੀ ਜੁਗਲਬੰਦੀ ਦਾ ਸੁਰੀਲਾ ਸਫ਼ਰ ਇਸੇ ਤਰ੍ਹਾਂ ਜਾਰੀ ਰਹੇਗਾ ਪਰ ਵਿਹਲਾ ਹੋ ਗਿਆ ਛੋਟੇ ਜਿਹੇ ਅੰਤਰਾਲ ਦਾ ਮਿਲਦੇ ਹਾਂ ਇਸ ਅੰਤਰਾਲ ਤੋਂ ਬਾਅਦ भगत को पौकिश नाही भगवंत भगत को पौकिश नाही ਤੁਹਾਡੀ ਆਵਾਜ਼ ਦੋਨਾਂ ਦੀ ਬਰਾਬਰ ਸੀ ਬਹੁਤ ਵਧੀਆ ਸੀ ਗਾਵੋ ਸੱਚੀ ਮਾਣੀ ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਆਪ ਜੀ ਦਾ ਸਵਾਗਤ ਹੈ ਤੁਸੀਂ ਜੁੜੇ ਹੋਏ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਉਪਰਾਲੇ ਗਾਵੋ ਸੱਚੀ ਬਾਣੀ ਭਾਗ 2 ਦੇ ਨਾਲ ਅਤੇ ਸਾਡਾ ਚੱਲ ਰਿਹਾ ਜੀ ਜੁਗਲਬੰਦੀ ਦਾ ਰੌਣ ਅਤੇ ਸੱਦਾ ਦਿੰਦੇ ਹਾਂ ਅਗਲੇ ਜਥੇ ਨੂੰ ਜੋ ਆਪ ਜੀ ਨੂੰ ਜੈਸਰੀ ਰਾਗ ਦੇ ਵਿੱਚ ਜੁਗਲਬੰਦੀ ਸਰਵਣ ਕਰਾ ਕੇ ਨਿਹਾਲ ਕਰਨਗੇ ਹਰ ਜਨ ਸਿਮਰੋ ਹਿਰਦੇ ਰਾਮ ਹਰ ਜਨ ਸਿਮਰੋ ਹਿਰਦੇ ਰਾਮ ਹਰ ਜਨ ਸਿਮਰੋ ਹਿਰਦੇ ਰਾਮ ਹਰ ਜਨ
हर जन सिमरो खिर दे रहम हर जन सिमरो खिर दे रहम हर जन को अपना निकट नाया हर जन को अपना निकट नाया वे पूरन दास के काम पूरन दास के काम हर जन सिमरो से हर सेवा कोट बिगाना कोट बिगाना कोट Yeah.
ਭਾਈ ਆਸਵਿੰਦਰ ਸਿੰਘ ਜੀ, ਰਮਨੀਤ ਕੌਰ ਜੀ, ਬਹੁਤ ਵਧੀਆ ਮਾਹੌਲ ਦੀ, ਆਨੰਦਮਈ ਮਾਹੌਲ ਦੀ ਸਿਰਜਣਾ ਕੀਤੀ ਤੁਸੀਂ, ਅਤੇ ਉਹ ਜੱਜ ਸਾਹਿਬਾਨ ਤੋਂ ਪੁੱਛਦੇ ਹਾਂ ਤੁਹਾਡੀ ਇਹ ਪ੍ਰਸਤੁਤੀ ਉਹਨਾਂ ਨੂੰ ਕਿਵੇਂ ਦੀ ਲੱਗੀ? ਭਾਈ ਗੁਰਮੀਤ ਸਿੰਘ ਸ਼ਾਨ ਜੀ, ਕੀ ਕਹਿਣਾ ਚਾਹੋਗੇ? ਤੁਹਾਡੀ ਆਵਾਜ਼ ਦੋਨਾਂ ਦੀ ਬਰਾਬਰ ਸੀ, ਬਹੁਤ ਵਧੀਆ ਸੀ। ਸੱਚੇ ਪਾਤਸ਼ਾਹ ਮਿਹਰ ਕਰੇ, ਹੋਰ ਤੁਹਾਨੂੰ ਗੁਰਮਤਿ ਸੰਗੀਤ ਦੀਆਂ ਦਾਤਾਂ ਸਤਿਗੁਰ ਬਖਸ਼ਿਸ਼ ਕਰ। ਅਤੇ ਤੁਸੀਂ ਬਹੁਤ ਸੁੰਦਰ ਨਿਭਾਇਆ, ਅਤੇ ਸੱਚੇ ਪਾਤਸ਼ਾਹ ਕਿਰਪਾ ਕਰਨ, ਜਿੱਥੇ ਮਾਈਨਰ ਨਿੱਕੀਆਂ ਨਿੱਕੀਆਂ ਗਲਤੀਆਂ ਸੁਰ ਦੀਆਂ, ਕਿਉਂਕਿ ਜੁਗਲਬੰਦੀ ਰਾਊਂਡ ਹੈ, ਇਹਦੇ ਵਿੱਚ ਥੋੜ੍ਹੀ ਜਿਹੀ ਮੁਸ਼ਕਲ ਆ ਜਾਂਦੀ ਹੈ, ਉਹਦੇ ਬਾਵਜੂਦ ਵੀ ਤੁਸੀਂ ਮਾਹੌਲ ਨੂੰ ਪੂਰਾ ਰੰਗਿਆ, ਸਾਨੂੰ ਬਹੁਤ ਆਨੰਦ ਆਇਆ। ਖੁਸ਼ ਰਹੋ, ਦੋਨੋਂ ਖੁਸ਼ ਰਹੋ। ਦੋਨਾਂ ਦੀ ਪਰਫਾਰਮੈਂਸ ਸਾਨੂੰ ਬਹੁਤ ਜ਼ਬਰਦਸਤ, ਬਹੁਤ ਖੂਬ ਲੱਗੀ। ਗਾਵੋ ਸੱਚੀ ਮਾਣੀ। ਅੰਤਰਾਲ ਤੋਂ ਬਾਅਦ ਆਪ ਜੀ ਦਾ ਸਵਾਗਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਸ ਕਾਰਜ ਗਾਵੋ ਸੱਚੀ ਬਾਣੀ ਭਾਗ 2 ਦੇ ਵਿੱਚ। ਤੁਸੀਂ ਆਨੰਦ ਮਾਣ ਰਹੇ ਹੋ ਜੁਗਲਬੰਦੀ ਦੇ ਪੜਾਅ ਦਾ, ਤੇ ਆਓ ਹੁਣ ਸੱਦਾ ਦਿੰਦੇ ਹਾਂ ਆਪਣੇ ਅਗਲੇ ਕੀਰਤਨੀ ਜਥੇ ਨੂੰ, ਜੋ ਰਾਗ ਭੈਰੋਂ ਦੇ ਵਿੱਚ ਜੁਗਲਬੰਦੀ ਸਰਵਣ ਕਰਾ ਕੇ ਆਪ ਜੀ ਨੂੰ ਨਿਹਾਲ ਕਰਨਗੇ। ਅੱਜ ਗਾਵੋ ਸੱਚੀ ਬਾਣੀ ਭਾਗ 2 ਵਿੱਚ ਜੁਗਲਬੰਦੀ ਰਾਊਂਡ ਹੈ, ਜਿਹਦੇ ਵਿੱਚ ਕਿ 5 ਜਥੇ ਅਲੱਗ ਅਲੱਗ ਰਾਗ ਗਾਇਨ ਕਰਨ ਜਾ ਰਹੇ ਹਨ। ਅਤੇ ਮੇਰਾ ਨਾਮ ਅਰਵਿੰਦਰ ਸਿੰਘ ਹੈ, ਅਤੇ ਜੁਗਲਬੰਦੀ ਰਾਊਂਡ ਆ, ਅਤੇ ਸਿਮਰਜੀਤ ਕੌਰ ਨਾਲ ਜੁਗਲਬੰਦੀ ਕਰਾਂਗਾ। ਔਰ ਸਾਡੇ ਦੋਨਾਂ ਦਾ ਹੀ ਗਾਇਨ ਦਾ ਅੰਦਾਜ਼ ਵੱਖਰਾ ਹੈ, ਕਿਉਂਕਿ ਮੈਂ ਤਾਨਪੁਰੇ 'ਤੇ ਗਾਇਨ ਕਰਨ ਜਾ ਰਹੀ ਹਾਂ ਔਰ ਇਹ ਹਾਰਮੋਨੀਅਮ 'ਤੇ। ਭਾਵੇਂ ਸਾਡੇ ਦੋਨਾਂ ਦਾ ਗਾਉਣ ਦਾ ਅੰਦਾਜ਼ ਥੋੜ੍ਹਾ ਵੱਖਰਾ ਹੈ, ਪਰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਸ਼ਬਦ ਦਾ ਗਾਇਨ ਵਧੀਆ ਤਰੀਕੇ ਨਾਲ ਕੀਤਾ ਜਾਵੇ। Ah
ਭਾਈ ਰਵਿੰਦਰ ਸਿੰਘ ਜੀ, ਸਿਮਰਜੀਤ ਕੌਰ ਜੀ, ਤੁਹਾਡੀ ਪੇਸ਼ਕਾਰੀ ਵਾਕਈ ਸਲਾਹਣਯੋਗ ਸੀ। ਤਾਂ ਉਹ ਜੱਜ ਸਾਹਿਬਾਨ ਤੋਂ ਪੁੱਛਦੇ ਹਾਂ ਤੁਹਾਡੀ ਪੇਸ਼ਕਾਰੀ ਬਾਰੇ ਕੀ ਕਹਿਣਾ ਚਾਹੁੰਦੇ ਨੇ। ਭਾਈ ਨਰਿੰਦਰ ਸਿੰਘ ਮਨਾਰਸੀ ਜੀ, ਆਪ ਜੀ ਦੇ ਕੀ ਵਿਚਾਰ ਨੇ? ਤੁਸਾਂ ਨੇ ਇਹ ਭੈਰਵ ਰਾਗ ਬੜੇ ਪਿਆਰ ਨਾਲ ਔਰ ਬਹੁਤ ਹੀ ਵਧੀਆ ਢੰਗ ਨਾਲ ਗਾਇਆ। ਤੁਹਾਡੀ ਪਰਫੋਰਮੈਂਸ ਬੜੀ ਚੰਗੀ ਲੱਗੀ। ਤੁਸੀਂ ਬਹੁਤ ਹੀ ਬਾ ਕਮਾਲ, ਦੋਨਾਂ ਦੀ ਪਰਫੋਰਮੈਂਸ ਸਾਨੂੰ ਬਹੁਤ ਜ਼ਬਰਦਸਤ, ਬਹੁਤ ਖੂਬ ਲੱਗੀ, ਜਿਹਦੇ ਵਿੱਚ ਸਾਨੂੰ ਛਪਾਟ ਦੀਆਂ ਤਾਨਾਂ, ਮੁਰਕੀ ਅੰਗ ਖਟਕਾ ਸਭ ਕੁਛ ਪ੍ਰਾਪਤ ਹੋਇਆ। ਹੋਰ ਮਿਹਨਤ ਕਰੋ, ਹੋਰ ਖੂਬ ਬਣ ਜਾਵੇਗਾ ਜਿਸ ਤਰ੍ਹਾਂ ਤੁਸੀਂ ਰਿਆਜ਼ ਕਰੋਗੇ। ਸ਼ਾਬਾਸ਼, ਜਿਉਂਦੇ ਰਹੋ ਜੀ। ਸੁੰਦਰ ਸਾਰਿਆਂ ਨੇ ਗਾਇਨ ਕੀਤਾ। ਤੁਸੀਂ ਸਾਰੇ ਵਧਾਈ ਦੇ ਪਾਤਰ ਹੋ, ਤੁਹਾਡੇ ਮੈਂਟਰਸ, ਤੁਹਾਡੇ ਉਸਤਾਦ ਜਨ, ਪੇਰੈਂਟਸ ਸਾਰੇ। ਗਾਵੋ ਸੱਚੀ ਮਾਣੀ। ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਆਪ ਜੀ ਦਾ ਸਵਾਗਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਲਾਘਾਯੋਗ ਉਪਰਾਲੇ
ਗਾਵੋ ਸੱਚੀ ਬਾਣੀ ਭਾਗ 2 ਦੇ ਵਿੱਚ। ਤੇ ਆਓ ਸੱਦਾ ਦੀਏ ਆਪਣੇ ਅਗਲੇ ਕੀਰਤਨੀ ਜਥੇ ਨੂੰ, ਜੋ ਆਪ ਜੀ ਨੂੰ ਰਾਗ ਮਾਲੀ ਗੌੜਾ ਦੇ ਰਾਹੀਂ ਜੁਗਲਬੰਦੀ ਸੁਣਾ ਕੇ ਨਿਹਾਲ ਕਰਨਗੇ। ਸਭ ਘਟ ਰਾਮ ਬੋਲੇ,
ਭਾਈ ਪ੍ਰਦੀਪ ਸਿੰਘ ਜੀ, ਮਨਪ੍ਰੀਤ ਸਿੰਘ ਜੀ, ਆਪ ਜੀ ਦੀ ਗਾਇਨ ਕਲਾ ਨੇ ਸਾਡੇ ਸਭਨਾਂ ਦੇ ਮਨ ਟੁੰਬਿਆ ਅਤੇ ਉਹ ਜੱਜ ਸਾਹਿਬਾਨ ਤੋਂ ਪੁੱਛਦੇ ਉਹਨਾਂ ਦੇ ਕੀ ਵਿਚਾਰ ਨੇ। ਭਾਈ ਰਵਿੰਦਰ ਸਿੰਘ ਜੀ, ਆਪ ਜੀ ਕੀ ਕਹਿਣਾ ਚਾਹੋਗੇ? ਮੈਨੂੰ ਸੱਚਮੁੱਚ ਤੁਹਾਡੀ ਅੱਜ ਦੀ ਇਸ ਗਾਇਕੀ ਤੋਂ ਪਰਫੋਰਮੈਂਸ ਤੋਂ ਇੱਕ ਮੁਕੰਮਲ ਜਥੇ ਦਾ ਆਨੰਦ ਆਇਆ। ਇੱਕ ਤੁਹਾਡੀ ਵਾਇਸ ਕੁਆਲਿਟੀ ਹੈ ਜੋ ਉਹ ਵੀ ਤਕਰੀਬਨ ਆਪਸ 'ਚ ਕਾਫੀ ਮੇਲ ਖਾਂਦੀ ਹੈ। ਸੋ ਜਦੋਂ ਆਪਾਂ ਇੰਨੀ ਮਿਲਤ ਦੇ ਨਾਲ ਗਾਵਾਂਗੇ ਨਾ ਤਾਂ ਆਪਣੇ ਆਪ ਹੀ ਸ਼ਬਦ ਦਾ ਵੀ ਅਤੇ ਰਾਗ ਦਾ ਵੀ ਆਨੰਦ ਆਏਗਾ। ਆਨੰਦ ਆ ਗਿਆ ਦੋਨਾਂ ਤੋਂ ਹੀ, ਕਿਸੇ ਇੱਕ ਦੀ ਗੱਲ ਨਹੀਂ ਕਰੂੰਗਾ। ਤੁਸੀਂ ਇੰਨਾ ਸੋਹਣਾ ਨਿਭਾਇਆ, ਇੰਨਾ ਸੋਹਣਾ ਨਿਭਾਇਆ, ਬੜਾ ਆਨੰਦ ਆਇਆ। ਗੋਡ ਬਲੈਸ ਯੂ, ਬਹੁਤ ਮਜ਼ਾ, ਜਿਉਂਦੇ ਰਹੋ। ਭਾਈ ਪ੍ਰਦੀਪ ਸਿੰਘ ਜੀ, ਮਨਪ੍ਰੀਤ ਸਿੰਘ ਜੀ, ਜੱਜ ਸਾਹਿਬਾਨ ਨੇ ਵੀ ਖੂਬ ਆਨੰਦ ਲਿਆ ਆਪ ਜੀ ਦੀ ਪੇਸ਼ਕਾਰੀ ਦਾ। ਮੈਂ ਬੇਨਤੀ ਕਰਾਂਗਾ, ਕਿਰਪਾ ਕਰਕੇ ਆਪਣੀ ਜਗ੍ਹਾ 'ਤੇ ਬਿਰਾਜਮਾਨ ਹੋਵੋ। ਅੱਜ ਦੇ ਜੁਗਲਬੰਦੀ ਦੇ ਪੜਾਅ ਦੀਆਂ ਪੰਜ ਪੇਸ਼ਕਾਰੀਆਂ ਦਾ ਆਪ ਜੀ ਨੇ ਖੂਬ ਆਨੰਦ ਮਾਣਿਆ ਅਤੇ ਆਓ ਹੁਣ ਜੱਜ ਸਾਹਿਬਾਨ ਤੋਂ ਪੁੱਛਦੇ ਹਾਂ ਅੱਜ ਦੀਆਂ ਪ੍ਰਸਤੁਤੀਆਂ ਅਤੇ ਨਤੀਜੇ ਬਾਰੇ। ਵਰਿਆਮ ਸਿੰਘ ਜੀ, ਅੱਜ ਤਾਂ ਆਨੰਦ ਬਣ ਗਿਆ। ਕਿਆ ਬਾਤ ਹੈ। ਮੈਂ ਸਾਰੇ ਪ੍ਰਤੀਯੋਗੀਆਂ ਨੂੰ ਬੇਨਤੀ ਕਰਦਾ ਕਿ ਸਾਰੇ ਆਪ ਜੀ ਵਰਿਆਮ ਸਿੰਘ ਜੀ ਕੋਲ ਆ ਜਾਓ। ਅੱਜ ਬਹੁਤ ਸੁੰਦਰ ਸਾਰਿਆਂ ਨੇ ਗਾਇਨ ਕੀਤਾ, ਤੁਸੀਂ ਸਾਰੇ ਵਧਾਈ ਦੇ ਪਾਤਰ ਹੋ। ਤੁਹਾਡੇ ਮੈਂਟਰਸ, ਤੁਹਾਡੇ ਉਸਤਾਦ ਜਨ, ਪੇਰੈਂਟਸ ਸਾਰੇ, ਬੜਾ ਮਜ਼ਾ ਆਇਆ ਅੱਜ। ਜਿਨ੍ਹਾਂ ਦੀ ਪਰਫੋਰਮੈਂਸ ਥੋੜ੍ਹੀ ਜਿਹੀ ਬਾਕੀਆਂ ਦੇ ਹਿਸਾਬ ਨਾਲ, ਵੀਕ ਨਹੀਂ ਬਾਕੀਆਂ ਦੇ ਹਿਸਾਬ ਨਾਲ, ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਨਾਲ ਨੂੰ ਥੋੜ੍ਹਾ ਥੋੜ੍ਹਾ ਅੱਗੇ ਆ ਜਾਣ। ਸਭ ਤੋਂ ਪਹਿਲਾਂ ਭਾਈ ਗੁਰਜੰਟ ਸਿੰਘ ਜੀ, ਕਵਿਤਾ ਸਿੰਘ ਜੀ, ਤੁਸੀਂ ਪ੍ਰਤੀਯੋਗਤਾ ਤੋਂ ਬਾਹਰ ਨਹੀਂ ਹੋ ਰਹੇ, ਤੁਹਾਨੂੰ ਇੱਕ ਹੋਰ ਮੌਕਾ ਦਿੱਤਾ ਜਾ ਰਿਹਾ ਜਿਵੇਂ ਤੁਸੀਂ ਦੇਖ ਹੀ ਰਹੇ ਹੋ। ਇਸ ਕਰਕੇ ਘਬਰਾਉਣ ਦੀ ਲੋੜ ਨਹੀਂ, ਸਭ ਖੁਸ਼ ਰਹਿਣਾ। ਗੁਰਜੰਟ ਜੀ ਤਾਂ ਹਮੇਸ਼ਾ ਖੁਸ਼ ਰਹਿੰਦੇ ਨੇ। ਗੁਰਜੰਟ ਜੀ ਸਮਾਈਲ ਦਿਓ। ਹਾਂ, ਸ਼ਾਬਾਸ਼। ਸੁਰਜੋਤ ਪ੍ਰਕਾਸ਼ ਸਿੰਘ ਜੀ, ਹਰਪਾਲ ਸਿੰਘ ਜੀ, ਮੈਂ ਤੁਹਾਨੂੰ ਕਿਹਾ ਕਿ ਤੁਸੀਂ ਕਮਜ਼ੋਰ ਨਹੀਂ ਗਾਇਆ, ਬਾਕੀਆਂ ਦੀ ਹਿਸਾਬ ਨਾਲ ਹਲਕੀ ਜੀ ਥੋੜ੍ਹੀ ਬਹੁਤੀ ਫਰਕ ਸਾਨੂੰ ਜੋ ਲੱਗਿਆ। ਚਾਰ ਜੱਜ ਸਾਹਿਬਾਨ ਬੈਠੇ ਨੇ ਇੱਥੇ, ਨਿੱਕੀਆਂ ਨਿੱਕੀਆਂ ਗੱਲਾਂ ਸਨ ਅਤੇ ਉਹਦੇ ਅਕੋਰਡਿੰਗ ਆਪ ਚਾਰ ਅੱਜ ਥੋੜ੍ਹੇ ਜਿਹੇ ਬਾਕੀਆਂ ਦੇ ਹਿਸਾਬ ਨਾਲ, ਅਤੇ ਇੱਕ ਮੌਕਾ ਤਾਂ ਤੁਹਾਨੂੰ ਦਿੱਤਾ ਜਾਂਦਾ ਹੀ ਹੈ। ਅੱਜ ਇੱਕ ਵਰਿਆਮ ਸਿੰਘ ਜੀ, ਅਸੀਂ ਨਵੀਂ ਚੀਜ਼, ਹਮੇਸ਼ਾ ਇੱਕ ਪ੍ਰਤੀਯੋਗੀ ਨੂੰ ਅਸੀਂ ਬੈਸਟ ਕਰਦੇ ਸੀ, ਅੱਜ ਕਿਉਂਕਿ ਸਾਡਾ ਜਥਾ ਬਣਿਆ ਅਤੇ ਇਹ ਵਿਚਾਰ ਹੋਏ ਕਿ ਜਥੇ ਪੂਰੇ ਨੇ, ਸਭ ਤੋਂ ਅੱਛਾ ਜਿਨ੍ਹਾਂ ਨੇ ਗਾਇਨ ਕੀਤਾ, ਸਭ ਤੋਂ ਬੈਸਟ ਲੱਗਿਆ ਉਹ ਹੈ ਸਾਡਾ ਜਥਾ ਭਾਈ ਅਰਵਿੰਦਰ ਸਿੰਘ ਅਤੇ ਸਿਮਰਜੀਤ ਕੌਰ ਜੀ। ਭਾਗ ਦੀ ਇੱਥੇ ਹੀ ਸਮਾਪਤੀ ਹੈ। ਅਗਲੇ ਭਾਗ ਦੇ ਵਿੱਚ ਆਪ ਜੀ ਦੇ ਰੂਬਰੂ ਹੋਵਾਂਗੇ ਕੁਛ ਨਵੇਂ ਜਥਿਆਂ ਨੂੰ ਲੈ ਕੇ। ਉਦੋਂ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੱਜਿਸ ਵੱਲੋਂ ਮੈਨੂੰ ਬੈਸਟ ਪਰਫੋਰਮੈਂਸ ਆਫ ਦੀ ਡੇ ਕੱਢਿਆ ਆ ਅਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਅਤੇ ਪਹਿਲੀ ਵਾਰ ਸਰੂਪਾ ਇੰਨੇ ਐਪੀਸੋਡਸ ਪਿਛਲੇ ਲੰਘ ਗਏ ਸੀਗੇ ਅਤੇ ਇਸ ਵਾਰ ਬਹੁਤ ਦੇਰ ਬਾਅਦ ਸਰੋਪਾ ਮਿਲਿਆ ਆ ਅਤੇ ਬਹੁਤ ਖੁਸ਼ੀ ਹੋ ਰਹੀ ਆ ਅਤੇ ਆਉਣ ਵਾਲੇ ਐਪੀਸੋਡਸ ਵਿੱਚ ਵੀ ਮੇਰੀ ਕੋਸ਼ਿਸ਼ ਆ ਕਿ ਮੈਂ ਬਹੁਤ ਵਧੀਆ ਗਾ ਸਕਾਂ ਅਤੇ ਆਪਣੇ ਕੀਰਤਨ ਵਿੱਚ ਹੋਰ ਨਿਖਾਰ ਲਿਆ ਸਕਾਂ।